ਸਹੀ ਹੈ ਬੱਬਲ ਰਾਏ ਜੀ ਹਾਂਜੀ ਪਹਿਚਾਣਿਆ ਭਾਜੀ ਨਹੀਂ ਜਮਾ ਨਹੀਂ ਨਹੀਂ ਮੇਰਾ ਨਾਮ ਹੈ ਪਹਿਚਾਣਿਆ ਅੱਛਾ ਮੇਰਾ ਨਾਮ ਹੈ ਬਹੁਤ ਸੋਹਣਾ ਗੋਤ ਕੀ ਹੈ ਫਿਰ ਤੁਹਾਡਾ ਗੋਤ ਭੁੱਲ ਗਿਆ ਸਿੰਘ ਨਹੀਂ ਪਹਿਚਾਣਿਆ ਸਿੰਘ ਠੀਕ ਹੈ ਪਹਿਚਾਣਿਆ ਸੁਖਲ ਵੀ ਕਹਿ ਦਿੰਦੇ ਪਹਿਲਾਂ ਮੈਨੂੰ ਕੋਈ ਪਹਿਚਾਣਦਾ ਨਹੀਂ ਸੀਗਾ ਮੈਂ ਕਹਿੰਦਾ ਹੁੰਦਾ ਸੀ ਭਾਜੀ ਕੀ ਹਾਲ ਹੈ ਕਹਿੰਦੇ ਪਹਿਚਾਣਿਆ ਨਹੀਂ ਫਿਰ ਮੈਂ ਕਿਹਾ ਨਾਮ ਹੀ ਰੱਖ ਲਓ ਪਹਿਚਾਣਿਆ ਵੈਸੇ ਮੈਨੂੰ ਹੈਪੀ ਕਹਿੰਦੇ ਆ ਤੂੰ ਪਹਿਚਾਣਿਆ ਸਹੀ ਕੀ ਹਾਲ ਹੈ ਭਾਜੀ ਵਧੀਆ ਜੀ ਠੀਕ ਠਾਕ ਪਹਿਚਾਣਿਆ ਹਾਂ ਤੁਸੀਂ ਪਹਿਚਾਣਿਆ ਹਾਏ ਭਾਜੀ ਮੈਂ ਮਿਊਜ਼ਿਕ ਡਾਇਰੈਕਟਰ ਓ ਅੱਛਾ ਜੀ ਬਹੁਤ ਗਾਣੇ 'ਚ ਮਿਊਜ਼ਿਕ ਦਿੱਤਾ ਠੀਕ ਹੈ ਜੀ ਪਰ ਕੋਈ ਆਇਆ ਨਹੀਂ ਨਾ ਮਿਲਦਾ ਨਹੀਂ ਆਏ ਹੈ ਅੱਛਾ ਲੋਕਾਂ ਨੇ ਸੁਣੇ ਨਹੀਂ ਕਿਰਪਾ ਬਾਬੇ ਨਾਲ ਬਹੁਤ ਗਾਣੇ 'ਚ ਮਿਊਜ਼ਿਕ ਦਿੱਤਾ ਸ਼ੋਲੇ ਫਿਲਮ ਦੇਖੀ ਹੈ ਭਾਜੀ ਨਹੀਂ ਦੇਖੀ ਨਹੀਂ ਦੇਖੀ ਬਾ ਸ਼ੋਲੇ ਫਿਲਮ ਦੇਖੀ ਹੈ ਗੱਬਰ ਦੇ ਜਿੰਨੇ ਘੋੜੇ ਸੀ ਮੈਂ ਉਹਨਾਂ ਦਾ ਮਿਊਜ਼ਿਕ ਦਿੱਤਾ ਉਹ ਅੱਛਾ ਹਾਥੀ ਮੇਰੇ ਸਾਥੀ 'ਚ ਤੁਸੀਂ ਉਹਨਾਂ ਦੀ ਡਬਿੰਗ ਵੀ ਤਾਂ ਨਹੀਂ ਤੁਸੀਂ ਕੀਤੀ ਕਿਤੇ ਮੈਂ ਘੋੜਿਆਂ ਦਾ ਮਿਊਜ਼ਿਕ ਮੈਂ ਦਿੱਤਾ ਅੱਛਾ ਅੱਛਾ ਹਾਂ ਉਸ ਤੋਂ ਬਾਅਦ ਮਿਊਜ਼ਿਕ ਜਿੱਥੋਂ ਮਰਜ਼ੀ ਮਿਲ ਜਾਂਦਾ ਆਈ ਲਵ ਮਿਊਜ਼ਿਕ ਉਸ ਤੋਂ ਬਾਅਦ ਹਾਥੀ ਮੇਰੇ ਸਾਥੀ ਹਾਥੀ ਮੇਰੇ ਸਾਥੀ 'ਚ ਹਾਥੀ ਦਾ ਮਿਊਜ਼ਿਕ ਨਹੀਂ ਮੈਂ ਦਿੱਤਾ ਅੱਛਾ ਜੀ ਹਾਥੀ ਦਾ ਜਿਹੜਾ ਸਾਥੀ ਹੈ ਉਹਦਾ ਮਿਊਜ਼ਿਕ ਮੈਂ ਦਿੱਤਾ ਉਹਦੀਆਂ ਚੀਕਾਂ ਨਿਕਲਦੀਆਂ ਜਦੋਂ ਮਿਊਜ਼ਿਕ ਆਈ ਲਵ ਮਿਊਜ਼ਿਕ ਬਹੁਤ ਜਗ੍ਹਾ ਮਿਊਜ਼ਿਕ ਦਿੱਤਾ ਭਾਜੀ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਉਹ 'ਚ ਜਿੰਨੇ ਬੱਕਰੇ ਬੋਲੇ ਮੇਰੀ ਬਾਤ ਆਈ ਲਵ ਮਿਊਜ਼ਿਕ ਕਿਤੋਂ ਵੀ ਮਿਊਜ਼ਿਕ ਪੈਦਾ ਹੋ ਸਕਦਾ ਭਾਜੀ ਮਾਣ ਕਦੇ ਹੰਕਾਰ ਰੱਬ ਕਰਾਵੇ ਨਾ ਬਹੁਤ ਜਗ੍ਹਾ ਮਿਊਜ਼ਿਕ ਕੀਤਾ ਮੇਰੇ ਤੋਂ ਥੱਲੇ ਬਹੁਤ ਡਾਇਰੈਕਟਰ ਮਿਊਜ਼ਿਕ ਫਿਰਦੇ ਨੇ ਮਾਣ ਨਹੀਂ ਕਰਨਾ ਕਦੇ ਮਾਣ ਨਹੀਂ ਕਰਨਾ ਲੋਕਾਂ ਨੂੰ ਮਿਊਜ਼ਿਕ ਨਹੀਂ ਦੇਣਾ ਆਉਂਦਾ ਆਪਾਂ ਕਦੇ ਮਾਣ ਨਹੀਂ ਕੀਤਾ ਹਾਂ ਕਈ ਇਹੋ ਜਿਹਾ ਬੇਕਾਰ ਮਿਊਜ਼ਿਕ ਦੇ ਦਿੰਦੇ ਨੇ ਮੇਰੀ ਮਿਊਜ਼ਿਕ ਕਦੀ ਕਾਪੀ ਕਿੱਥੋਂ ਕਰ ਲੈਣਗੇ ਪਰ ਮਾਣ ਨਹੀਂ ਕੀਤਾ ਮਾਣ ਕਦੇ ਨਹੀਂ ਕਰਨਾ ਹੰਕਾਰ ਰੱਬ ਕਦੇ ਨਾ ਕਰਾਵੇ ਟੱਚ ਵੁੱਡ ਆਈ ਲਵ ਮਿਊਜ਼ਿਕ ਸੱਚੀ ਕਹਿੰਦਾ ਭਾਜੀ ਭਾਜੀ ਮੈਂ ਤੁਹਾਡੇ ਗਾਣੇ 'ਚ ਵੀ ਥੋੜ੍ਹਾ ਜਿਹਾ ਚੇਂਜ ਕੀਤਾ ਸੀ ਆਪਦੇ ਮਿਊਜ਼ਿਕ ਦੇ ਅਕੋਰਡਿੰਗ ਕ੍ਰੀਏਟਿਵ ਤਾਂ ਮੈਂ ਬਹੁਤ ਹਾਂ ਮਾਣ ਨਹੀਂ ਕੀਤਾ ਲੋਕਾਂ ਨੂੰ ਕ੍ਰੀਏਟਿਵਿਟੀ ਆਉਂਦੀ ਨਹੀਂ ਪਰ ਆਪਾਂ ਮਾਣ ਨਹੀਂ ਕੀਤਾ ਤੁਹਾਡਾ ਗਾਣਾ ਸੀਗਾ ਭਾਜੀ ਬਿੱਲੀ ਬਿੱਲੀ ਅੱਖ ਤੇਰੀ ਸੋਹਣੀ ਜਾਂਦੀ ਹੈ ਯਾਰਾਂ ਦੇ ਦੁੱਖ ਤੋੜਦੀ ਹੁਣ ਭਾਜੀ ਮੈਂ ਉਹ 'ਚ ਇੱਕ ਮਿਸਿੰਗ ਚੀਜ਼ ਸੀਗੀ ਬਿੱਲੀ ਬਿੱਲੀ ਅੱਖ ਕੁੜੀ ਦੀ ਬਿੱਲੀ ਅੱਖ ਤਾਂ ਸੀਗੀ ਪਰ ਉਹ 'ਚ ਬਿੱਲੀ ਦੀ ਆਵਾਜ਼ ਨਹੀਂ ਪਾਈ ਮਿਸਿੰਗ ਕ੍ਰੀਏਟਿਵਿਟੀ ਕਿਸੇ ਕਿਸੇ ਨੂੰ ਆਉਂਦੀ ਮਾਣ ਨਹੀਂ ਕੀਤਾ ਰੱਬ ਆਈ ਲਵ ਮਿਊਜ਼ਿਕ ਬਿੱਲੀ ਬਿੱਲੀ ਹੁਣ ਆਪਾਂ ਗਾਣਾ ਗਾਵਾਂਗੇ ਉਹ 'ਚ ਬਿੱਲੀ ਦੀ ਆਵਾਜ਼ ਮੈਂ ਦਊਂਗਾ ਤੇ ਆਪਾਂ ਫਿਰ ਕਰਦੇ ਕ੍ਰੀਏਟਿਵਿਟੀ ਥੋੜ੍ਹੀ ਹਾਂਜੀ ਸ਼ੁਰੂ ਕਰੋ ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ ਜਾਂਦੀ ਹੈ ਯਾਰਾਂ ਦੇ ਦੁੱਖ ਤੋੜਦੀ ਹੁਣ ਜਿੱਥੇ ਬਿੱਲੀ ਬਿੱਲੀ ਆਊਗਾ ਉਸ ਤੋਂ ਬਿੱਲੀ ਦੀ ਆਵਾਜ਼ ਦਿੱਤੀ ਜਾਊਗੀ ਠੀਕ ਹੈ ਬਿੱਲੀ ਬਿੱਲੀ ਮਿਆਓ ਮਿਆਓ ਬਿੱਲੀ ਬਿੱਲੀ ਮਿਆਓ ਮਿਆਓ ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ ਜਾਂਦੀ ਹੈ ਯਾਰਾਂ ਦੇ ਦੁੱਖ ਤੋੜਦੀ ਕਿੱਦਾਂ ਲੱਗਿਆ ਭਾਜੀ ਬਹੁਤ ਵਧੀਆ ਲੱਗਿਆ ਤੁਸੀਂ ਕਦੇ ਮਾਣ ਕਰਿਓ ਵੀ ਨਾ ਮਾਣ ਮੈਂ ਕਰਦਾ ਹੀ ਨਹੀਂ ਮਾਣ ਕਿਸੇ ਨੂੰ ਕ੍ਰੀਏਟਿਵਿਟੀ ਆਉਂਦੀ ਨਹੀਂ ਮਿਊਜ਼ਿਕ ਡਾਇਰੈਕਟਰ ਰੱਬ ਅੰਬਰਾਂ ਤੇ ਗੁੱਡੀ ਚੜ੍ਹਦੀ ਆਪਣੀ ਪਰ ਮਾਣ ਨਹੀਂ ਕਰੀਦਾ ਆਈ ਲਵ ਮਿਊਜ਼ਿਕ ਬਸ ਆਈ ਲਵ ਮਿਊਜ਼ਿਕ ਪਹਿਚਾਣਿਆ ਚੰਗੀ ਤਰ੍ਹਾਂ ਬਹੁਤ ਜਗ੍ਹਾ ਮਿਊਜ਼ਿਕ ਦਿੱਤਾ ਭਾਜੀ ਮੈਂ ਆਪਾਂ ਕਦੇ ਮਾਣ ਨਹੀਂ ਕੀਤਾ ਰੱਬ ਪੈਸਾ ਇੰਨਾ ਦਿੱਤਾ ਪੈਸਾ ਤਾਂ ਇੰਨਾ ਦਿੱਤਾ ਮੈਂ ਕਹਿੰਦਾ ਜਦੋਂ ਜੇਬ 'ਚ ਹੱਥ ਪਾਈਦਾ 3-4 ਰੁਪਏ ਨਿਕਲ ਹੀ ਆਉਂਦੇ 1-2 ਰੁਪਏ ਨਿਕਲ ਠੀਕ ਹੈ ਭਾਜੀ ਇੱਕ ਮੈਂ ਤੁਹਾਡੇ ਵਾਸਤੇ ਚੀਜ਼ ਵੀ ਲੈ ਕੇ ਆਇਆ ਆਹ ਦੇਖੋ ਇਹਦੇ ਵਿੱਚ ਭਾਜੀ ਬਾਹਰ ਜਾ ਕੇ ਬਾਹਰ ਮੈਂ ਤੁਹਾਨੂੰ ਦਿਨਾਂ 'ਚ ਜੀਓ ਦਾ ਸਿਮ ਹੈ ਤੁਹਾਡੀ ਪ੍ਰੋਬਲਮ ਸੋਲਵ ਕਰਤੀ ਤੁਸੀਂ ਕਹਿੰਦੇ ਨਾ ਭਾਬੀ ਤੇਰੀ ਭੈਣ ਮਿਸ ਕਾਲਾਂ ਮਾਰਦੀ ਫਿਰ ਕੱਢੀ ਨਾ ਕਸੂਰ ਬੈਲੀਡੋਰ ਦਾ ਆਹ ਜੀਓ ਦਾ ਸਿਮ ਦੇ ਦਿਓ ਅਨਲਿਮਿਟਡ ਕਾਲ ਹੈ ਮਿਸ ਕਾਲ ਨਹੀਂ ਆਊਗੀ ਫੋਨ ਆਊਗਾ ਥੈਂਕ ਯੂ ਯਾਰ ਸੋ ਮਚ ਇਹਦੀ ਤਾਂ ਬਹੁਤ ਲੋੜ ਹਾਂਜੀ ਮੈਂ ਗਾਣਾ ਨਾ ਗਾਇਆ ਕਰਾਂ ਫਿਰ ਹੁਣ ਸਿਮ ਮਿਲ ਗਿਆ ਤਾਂ ਨਹੀਂ ਭਾਜੀ ਗਾਣਾ ਗਾ ਰਿਹਾ ਕਰੀਏ ਹਾਂ ਆਈ ਲਵ ਇਹ 'ਚ ਨਹੀਂ ਕ੍ਰੀਏਟਿਵਿਟੀ ਹੋ ਸਕਦੀ ਕਿਤੇ ਵੀ ਇਹ 'ਚ ਹੋ ਸਕਦੀ ਹੈ ਭਾਜੀ 3 ਮਹੀਨੇ ਦਾ 400 ਦਾ ਪੈਕ ਪੈਂਦਾ ਅਨਲਿਮਿਟਡ ਕਾਲ ਹੀ ਨਹੀਂ ਹੋਊਗੀ ਨੈਟ ਵੀ ਵਟਸਐਪ ਚੈਟਿੰਗ ਇੰਸਟਾਗ੍ਰਾਮ ਸਨੈਪਚੈਟ ਮੈਂ ਅੱਜ ਹੀ ਪਹੁੰਚਦਾ ਕਰ ਦਿੰਦਾ ਯਾਰ ਇਹ ਨਾ ਅੱਜ ਪਹੁੰਚਦਾ ਕਰ ਦਿਓ ਜੀ ਇਹ ਤੇ ਸੱਚ ਜਾਣੀ ਆ ਗਿਆ ਸਵਾਦ ਸਾਨੂੰ ਤੈਥੋਂ ਸੋਹਣੀ ਹੋਰ ਲੱਭ ਗਈ ਇਹ 'ਚ ਵੀ ਥੋੜ੍ਹਾ ਜਿਹਾ ਮਿਊਜ਼ਿਕ ਪਾਇਆ ਮੈਂ ਕਿ ਸੱਚ ਜਾਣੀ ਆ ਗਿਆ ਸਵਾਦ ਇਹ 'ਚ ਸਵਾਦ ਦਾ ਮਿਊਜ਼ਿਕ ਨਹੀਂ ਆਇਆ ਫਿਰ ਸਵਾਦ ਲੈਣਾ ਆਪਾਂ ਥੋੜ੍ਹਾ ਸਵਾਦ ਕ੍ਰੀਏਟਿਵਿਟੀ ਭਾਜੀ ਮਾਣ ਨਹੀਂ ਕੀਤਾ ਸੱਚ ਜਾਣੀ ਆ ਗਿਆ ਸਵਾਦ ਸਾਨੂੰ ਤੈਥੋਂ ਸੋਹਣੀ ਹੋਰ ਲੱਭ ਗਈ ਸੱਚ ਜਾਣੀ ਆ ਗਈ ਆ ਸਵਾਦ ਸਾਨੂੰ ਤੈਥੋਂ ਸੋਹਣੀ ਹੋਰ ਲੱਭ ਗਈ ਵਾਓ ਮਾਣ ਨਹੀਂ ਕੀਤਾ ਰੱਬ ਮਾਣ ਨਾ ਕਰਾਵੇ ਚੜ੍ਹਦੀ ਕਲਾ ਰੱਖੇ ਪਹਿਚਾਣਿਆ ਬਹੁਤ ਚੰਗੀ ਤਰ੍ਹਾਂ ਚਾ ਓਕੇ ਭਾਜੀ ਮੈਂ ਮਿਊਜ਼ਿਕ ਤਾਂ ਬਹੁਤ ਦੇ ਲਿਆ ਹੁਣ ਮੈਂ ਮਿਊਜ਼ਿਕ ਗਾਣਾ ਚਾਹੁੰਦਾ ਹਾਂਜੀ ਅਤੇ ਹੁਣ ਤੁਸੀਂ ਦੱਸੋ ਫਿਰ ਮੈਂ ਕੀ ਕਰਾਂ ਇਹਦੇ ਤੁਸੀਂ ਮੈਨੂੰ ਲੱਗਦਾ ਜੀ 2 ਕੁ ਮਹੀਨੇ ਦਾ ਤਾਂ ਮੌਨ ਧਾਰੋ 2 ਕੁ ਮਹੀਨੇ ਦਾ ਮੌਨ ਧਾਰ ਉਹਦੇ ਨਾਲ ਤੁਹਾਡੇ 'ਚ ਮਤਲਬ ਜਿਹੜੀ ਹੋਰ ਸ਼ਕਤੀ ਹੈ ਤੁਹਾਡੀ ਮਤਲਬ ਤੁਹਾਨੂੰ ਸੁਣਨ ਦੀ ਸ਼ਕਤੀ ਸਾਡੇ 'ਚ ਵੀ ਆਊਗੀ ਓਕੇ ਤੇ ਆਪਣੀ ਆਡੀਅੰਸ ਨੂੰ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਕਿਹਾ ਕਰੋ ਵੀ ਮੈਡੀਟੇਸ਼ਨ ਕਰਿਆ ਕਰਨ ਵੀ ਉਹਨਾਂ ਦਾ ਦਿਮਾਗ ਵੀ ਹਾਂ ਸਟਰੋਂਗ ਹੋਣਾ ਚਾਹੀਦਾ ਨਾ ਬਹੁਤ ਜ਼ਰੂਰੀ ਹੈ ਵਾਓ ਹੋ ਜਾਂਦਾ ਨਾ ਜਦੋਂ ਫਿਰ ਗਲਤ ਹੋ ਜਾਂਦਾ ਹਾਏ ਹਾਏ ਤੁਸੀਂ ਬੜੇ ਕ੍ਰੀਏਟਿਵ ਹੋ ਆਪਣੀ ਜੋੜੀ ਕੰਮ ਆਊਗੀ ਤੇ ਬਹੁਤ ਅੱਗੇ ਜਾਊਗੀ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹੈਪੀ ਸਿੰਘ ਅਤੇ ਹੈਪੀ ਐਕਸਪ੍ਰੈਸ ਸ਼ੋਅ ਦੀਆਂ ਇਸੇ ਤਰ੍ਹਾਂ ਦੀਆਂ ਹੋਰ ਮਜ਼ੇਦਾਰ ਵੀਡੀਓ ਦੇਖਣ ਲਈ gabbru.com ਦਾ ਓਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇਹਨਾਂ ਸਾਰੀਆਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ। ਦੱਬ ਕੇ ਸ਼ੇਅਰ ਕਰ ਦਿਓ ਜੀ। gabbru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।